ਸਤਿ ਸ਼੍ਰੀ ਅਕਾਲ ਜੀ, ਦਿਸ ਇਜ਼ ਮਾਈ ਬੈਂਗਲ ਸੈਰੇਮਨੀ। ਇਸ ਤੋਂ ਅੱਜ ਮੈਂ ਤੁਹਾਨੂੰ ਆਪਣੀ ਬੈਂਗਲ ਸੈਰੇਮਨੀ ਦੀਆਂ ਵੀਡੀਓਜ਼ ਸ਼ੋ ਕਰਨਾ ਚਾਹੁੰਦੀ ਹਾਂ। ਤੁਸੀਂ ਦੇਖ ਸਕਦੇ ਮੇਰੀ ਭਾਬੀ ਅਤੇ ਮੇਰੀ ਯੰਗ ਸਿਸਟਰ, ਜਿਹੜੀ ਕੁੜੀ ਅਮਿਨ ਤੁਸੀਂ ਫਲੋਵਰਸ ਪਾ ਰਹੀ ਆ ਪ੍ਰਾਤ 'ਚ, ਮੇਰੀ ਭਾਬੀ ਜੀ ਐਂਡ ਮੇਰੀ ਸਿਸਟਰ ਮੇਰੀ ਪ੍ਰਾਤ ਸਜਾ ਰਹੀਆਂ ਆ, ਜਿਹਦੇ 'ਚ ਉਹਨਾਂ ਨੇ ਬੈਂਗਲਸ ਰੱਖਣੀ ਆ। ਜਲੰਧਰ ਤੋਂ ਹੀ ਆ, ਮਾਮਾ ਜੀ ਦੀ ਬੇਟੀ, ਮਾਸੀ ਜੀ ਦੀ ਬੇਟੀ, ਸੋ ਸਾਰੇ ਡੈਕੋਰੇਸ਼ਨ ਕਰ ਰਹੇ ਆ। ਐਂਡ ਦੇਖੋ ਕੁੜੀ ਇਹ ਇੱਧਰ ਦੇ ਕਮਾਨ, ਦੈਟਸ ਲਾਈਕ ਮਾਈ ਗਰਲ। ਇਹਨੂੰ ਕੁਛ ਜ਼ਿਆਦਾ ਹੀ ਚਾਹ ਆ, ਇਹ ਮੇਰੀ ਬਹੁਤ ਹੀ ਜ਼ਿਆਦਾ ਪਿਆਰੀ ਭੈਣ ਆ, ਬਹੁਤ ਲਵ ਕਰਦੀ ਆ ਮੈਨੂੰ, ਬਹੁਤ ਕੇਅਰ ਕਰਦੀ ਆ ਮੇਰੀ। ਸੋ ਹੁਣ ਮੇਰੀ ਬੈਂਗਲ ਸੈਰੇਮਨੀ ਸਟਾਰਟ ਹੋ ਚੁੱਕੀ ਹੈ। ਐਂਡ ਲੁੱਕ, ਮੇਰੇ ਮੰਮਾ ਪਾਪਾ ਜਿਨ੍ਹਾਂ ਤੋਂ ਆਪਾਂ ਸਟਾਰਟਿੰਗ ਕੀਤੀ ਸੀ, ਐਂਡ ਦੈਟ ਇਜ਼ ਮਾਈ ਕਿਊਟ, ਇਹ ਮੇਰੀ ਕਿਊਟ ਆ ਹਰਨੀ ਮਿਸ ਕਾਇਨਾ, ਅਤੇ ਮੇਰੇ ਯੰਗ ਬ੍ਰਦਰ ਦੀ ਬੇਟੀ ਆ। ਐਂਡ ਉਹ ਪੁੱਛ ਰਹੇ ਆ, ਹਾਂਜੀ ਚਲੋ ਬੂਆ ਨੂੰ ਬੰਗਾ ਬਣਾਈਏ, ਤੋ ਕੁਛ ਇਸ ਤਰ੍ਹਾਂ ਦੇ ਨਾਲ ਅਸੀਂ ਸਟਾਰਟਿੰਗ ਕੀਤੀ ਸੀ, ਸਿੰਪਲ ਸੋਬਰ ਤਰੀਕੇ ਦੇ ਨਾਲ। ਕੁਛ ਜ਼ਿਆਦਾ ਖਰਚਾ ਵੀ ਨਹੀਂ ਚਾਹੀਦਾ ਸੀਗਾ, ਬਟ ਆਈ ਵਾਂਟਡ ਟੂ ਇੰਜੋਏ ਮਾਈ ਡੇ, ਸੋ ਇਸ ਕਰਕੇ ਅਤੇ ਬੈਂਗਲਸ ਬਣਾਉਣੀਆਂ ਸ਼ੁਰੂ ਕਰਾ ਦਿੱਤੀਆਂ ਗਈਆਂ। ਸੋ ਫਾਈਨਲੀ ਉਹ ਦਿਨ ਸੀਗਾ ਵੈਨ ਵਿਆਹ ਦੀਆਂ ਜੋ ਵੀ ਪ੍ਰੈਪਰੇਸ਼ਨਸ ਸੀਗੀਆਂ ਜਾਂ ਵਿਆਹ ਵਾਲੇ ਦਿਨ ਸ਼ੁਰੂ ਹੋ ਚੁੱਕੇ ਸੀ। ਕਾਯੂ ਮੈਨੂੰ ਲੱਗਾ ਕਾਫੀ ਜ਼ਿਆਦਾ ਖੁਸ਼ ਸੀਗੀ, ਬਹੁਤ ਹੀ ਝੂਮੀ ਇਹ, ਬਹੁਤ ਇੰਜੋਏ ਕੀਤਾ ਇਹਨੇ। ਯਾ ਹੁਣ ਆ ਗਿਆ ਮੇਰਾ ਬ੍ਰਦਰ ਐਂਡ ਮੇਰੀ ਭਾਬੀ, ਦੇਖੋ ਇੰਨੇ ਡਰਾਮੇ ਲੈ, ਦੇਖੋ ਮੂੰਹ ਦੇਖੋ ਇਹਦਾ, ਮਤਲਬ ਡਰਾਮਾ ਤਾਂ ਨਹੀਂ ਹੱਦ ਹੁੰਦੀ ਆ ਸਾਡੇ ਘਰ ਵਿੱਚ, ਸਾਰੇ ਇੱਦਾਂ ਦੇ ਹੀ ਆ, ਐਕਟਰ, ਸਿੰਗਰ। ਮੇਰੀਆਂ ਦੋਨੋਂ ਸਿਸਟਰਸ, ਉਹ ਮੇਰੇ ਮਾਮਾ ਜੀ ਦੀ ਬੇਟੀ ਹੈ, ਉਹ ਮੇਰੀ ਜੋ ਸਿਸਟਰ ਆ ਬਹੁਤ ਲਵ ਕਰਦੀਆਂ ਮੈਨੂੰ, ਮੈਂ ਕਹਿ ਸਕਦੀ ਹਾਂ ਮੇਰੀ ਬਹੁਤ ਕੇਅਰ ਵੀ ਕਰਦੀਆਂ। ਇਹ ਮੇਰੇ ਮਾਮਾ ਜੀ ਦੀ ਬੇਟੀ ਹੈ, ਆਉਣ ਵਾਲੀ ਨੋ ਇਸ਼ੂ। ਸੋ ਯੈਸ, ਬਹੁਤ ਖੁਸ਼ੀ ਵੀ ਹੋ ਰਹੀ ਸੀ ਇਸ ਟਾਈਮ 'ਤੇ, ਬਟ ਸਮ ਵੇਅਰ ਥੋੜ੍ਹਾ ਬਹੁਤ ਦੁੱਖ ਵੀ ਹੋ ਰਿਹਾ ਸੀ, ਦੁੱਖ ਨਹੀਂ ਕਹੂੰਗੀ ਮੈਂ, ਜਸਟ ਨਰਵਸਨੈਸ ਸੀ। ਐਂਡ ਬਸ ਮੇਰੀ ਫੈਮਲੀ ਅੱਜ ਵੀ ਮੇਰੇ ਕੋਲ ਆ ਸੀ, ਜਿਹੜੀ ਆਈ ਜਸਟ ਹੈਵ ਬੀਨ ਮੈਰਿਡ ਵੈਰੀ ਨੀਅਰ ਟੂ ਮਾਈ ਪੇਟਰ ਫੈਮਲੀ, ਸੋ ਮੈਂ ਕੋਲ ਕੁਝ ਜ਼ਿਆਦਾ ਉਹ ਨਹੀਂ ਸੀਗਾ ਨਾ, ਹੁਣ ਮੈਂ ਸਾਰਿਆਂ ਨੂੰ ਲੱਭ ਰਹੀ ਹਾਂ ਕਿ ਕੋਈ ਰਹਿ ਤਾਂ ਨਹੀਂ ਗਿਆ। ਐਂਡ ਚਾਚੀ ਜੀ ਫਾਈਨਲੀ ਆ ਗਏ, ਆਏ ਨਹੀਂ ਸੀ, ਬਹੁਤ ਲੇਟ ਆਏ, ਈਵਨ ਅਸੀਂ ਸਟਾਰਟ ਕਰ ਚੁੱਕੇ ਸੀਗੇ, ਬਟ ਐਂਡਿੰਗ ਅਪ ਇਹਨਾਂ ਤੋਂ ਹੀ ਕੀਤੀ, ਤੋ ਬਹੁਤ ਐਕਸਾਈਟਡ ਸੀ ਚਾਚੀ ਵੀ। ਬੜੀਆਂ ਡਰ ਡਰ ਕੇ ਚੂੜੀਆਂ ਪਈਆਂ, ਕੋਈ ਟੁੱਟ ਨਾ ਜਾਵੇ, ਮੈਨੂੰ ਤਾਂ ਬਸ ਇਹ ਸੀਗਾ ਕੋਈ ਵੀ ਐਸਾ ਅਪਸ਼ਗੁਨ ਨਾ ਹੋਵੇ, ਕੁਛ ਹੈਪੀਲੀ ਹੋਵੇ। ਐਂਡ ਬਾਈ ਗੋਡ ਗ੍ਰੇਸ ਸਾਰਾ ਕੁਛ ਬਹੁਤ ਵਧੀਆ ਹੋਇਆ, ਕੋਈ ਅਪਸ਼ਗੁਨ ਨਹੀਂ ਹੋਇਆ, ਸਾਰਾ ਕੁਛ, ਕੁਛ ਵੀ ਉਹ ਚੀਜ਼ ਨਹੀਂ ਹੋਈ ਲਾਈਕ ਜਿੱਦੋਂ ਵੀ ਬੰਦੇ ਨੂੰ ਡਰ ਲੱਗ ਜਾਵੇ। ਐਂਡ ਦੇਖੋ ਮੇਰੀਆਂ ਬੈਂਗਲਸ ਬਹੁਤ ਸੋਹਣੀਆਂ ਲੱਗਦੀਆਂ ਪਈਆਂ ਸੀਗੀਆਂ, ਅਤੇ ਬੈਂਗਲ ਸੈਰੇਮਨੀ ਵਾਲੇ ਦਿਨ ਅਸੀਂ ਖੂਬ ਨੱਚੇ, ਹੁਣ ਤੁਹਾਨੂੰ ਅੱਗੇ ਨੱਚਣ ਵਾਲੀਆਂ ਵੀਡੀਓਜ਼ ਦਿਖਾਉਂਦੇ ਹਾਂ। ਤੋ ਚਾਚੀ ਨੇ ਮੈਨੂੰ ਸ਼ਗਨ ਦਿੱਤਾ, ਐਂਡ ਲੁੱਕ ਹੀਰ ਮਜਾਜਣ, ਬੜਾ ਨੱਚੇ ਨਾ ਨੱਚੇ ਬੈਂਗਲਸ ਸੈਰੇਮਨੀ ਵਾਲੇ ਦਿਨ, ਸਾਡੇ ਨੇਬਰ, ਸਾਡੇ ਰਿਸ਼ਤੇਦਾਰ, ਮਤਲਬ ਸਾਰਿਆਂ ਨੇ ਖੂਬ ਇੰਜੋਏ ਕੀਤਾ। ਈਵਨ ਆਈ ਕੈਨ ਸੇ ਲਾਈਕ ਸਾਰਿਆਂ ਨੂੰ ਮੇਰੇ ਵਿਆਹ ਦਾ ਬਹੁਤ ਜ਼ਿਆਦਾ ਚਾਅ ਸੀਗਾ, ਐਂਡ ਸਾਰਿਆਂ ਨੇ ਆਪਣੇ ਆਪਣੇ ਚਾਅ ਪੂਰੇ ਕੀਤੇ। ਸੋ ਦਿਸ ਇਜ਼ ਹਾਓ ਦੇਖੋ ਸੈਲੀਬ੍ਰੇਸ਼ਨ ਹੋ ਰਹੀ ਆ।
सारे कहंदे विआह वाली कुड़ी, मतलब कई लोग कहंदे कि हाँ वे विआह च कुड़ी नचदी सी, मतलब ओल्ड लेडीज इन्नू शर्म है नहीं या इदा बना नचदी है या जो, बट आई थिंक इट्स नॉट द बिग डील। तुहानू अपना डे इंजॉय करना चाहिए एंड आई इंजॉयड माई डे विद माई फैमिली। ये दोनों मेरे ब्रदर, मेरी चाची देखो किन्ने खुश है, मेरी सिस्टर्स आई एम लुकिंग गॉर्जियस। मैं तो अपने आप बहुत सोहनी लगी, बाकी का मैनू पता नहीं दैट हाउ आई लुक टू दैम एंड देखो हाँ। सब तो बाद विच मैडम जी द्वारा अपने काम ते आ गए, आप कोई छुट्टी नहीं ली बेंगल सर में। तो नैक्सट डे आई वेंट माई वर्क, तो मैं पूरे विआह तो 2-3 दिन पहला आई कैन से छुट्टी रही, बाकी सारा दिन बस अकेडमी च रहे काम किया। सो दिस इज हाउ आई लव माई वर्क। बाय, थैंक यू।